अस्सलाम वालेकुम ट्रैक्टर टॉप गियर यूट्यूब चैनल खुश आमदीद दोस्तों है जी 2018 मॉडल डेल्फी पंप है अगे बाकट लगा होनी मेरे ख्याल हफ्ता पहला 2022 मॉडल ये खड़ा वा 2017 स्टैनडाइन पंप इनू स्टैनडाइन पंप इनू डेल्फी पंप दोनों गड्डिया चलाते भाई इन्हों को अज डिफरेंस पूछांगे भी ट्रैक्टर केड़ा काम सही करता डीजल की बचत केड़े च डेल्फी पंप चा या स्टैंड इन टायर भी अगले इस तरह के लगे हुए इसन दूसरे ट्राली चाम जड़े होंगे टायर लगे हुए अगे चेक करो ये स्टैंड पंप बाकट दोनों जे एस से ही लगे हुए है देखो ये देख सकते हैं एदा पंप भी थानू मैं चेक करवा दूँ असंबली भी दोनों सेम लगी हुई है ये पिछला हाइड्रोलिक पंप जिहड़ा लगा हुंदा वह भी सेम है ये तुहानू मैं डीजल पंप दिखा दवा यह देख लो इनू डेल्फी पंप लगा हुआ बाकी टायरों का मैं तुहानू पहला भी दस दिता है 920 के टायर लगे हुए इनू अगले वो टायरों का साइज चेक करवा दा ये टायरों का साइज जरा गारा शारा लगा वो नज़र नहीं आ रहा है बाकी गलबात करते हैं जी ये ड्राइवर नाल भी इन्होंने ये दोनों चलाते ये लोडर भी इन्होंने कि परफॉर्मेंस लिहाज में ज़्यादा अच्छा तो डीजल की बचत केड़े चाहिए। अस्सलाम वालेकुम। वालेकुम सलाम भाई जी पहला तो अपना तारफ करवाओ मोहम्मद अशरफ डीजल ਜ਼ੋਰਦਾਰ ਲਾਉਣ ਦੇ ਵਿੱਚ ਇਹ ਟਰੈਕਟਰ ਚੰਗਾ ਵਾ ਸਟੈਂਡ ਆਨ ਪੰਪ ਚ ਜ਼ੋਰ ਲਾਉਣ ਚ ਅੱਛਾ ਵਾ ਇਹ ਜਿਹੜਾ 17 ਮਾਡਲ ਆ ਅੱਛਾ ਤੇ ਜਿਹੜਾ ਇਹ ਆ 18 ਮਾਡਲ ਆ ਹਾਂਜੀ ਇਹਦਾ ਇਹ ਆ ਵੀ ਥੋੜੇ ਜਿਹਾ ਐਵਰੇਜ ਯਾਨੀ ਕਿ ਡੀਜ਼ਲ ਦੀ ਚੰਗੀ ਦਿੰਦਾ ਇਹ ਅੱਛਾ ਇਹਦਾ ਇੱਕ ਦੋ ਟਰਾਲੀਆਂ ਜ਼ਿਆਦਾ ਭਰ ਲਈਦੀਆਂ ਇਹਦੇ ਨਾਲ ਇਹਦੇ ਨਾਲ ਲੀਟਰ ਨਾਲ ਭਰਦੇ ਆ 3 ਟਰਾਲੀਆਂ ਇਹਦੇ ਨਾਲ 3.5 ਟਰਾਲੀਆਂ 4 ਟਰਾਲੀਆਂ ਭਰ ਲੈਂਦੇ ਆ ਜਲਦੀ ਟਰਾਲੀ ਕਿਹੜਾ ਭਰਦਾ ਵਾ ਜਲਦੀ ਦੋਨੇ ਇਹਦਾ ਉਸਤਾਦ ਦੇ ਸਿਰ ਤੇ ਆ ਜੀ ਵੈਸੇ ਹੁਣ ਤੁਸੀਂ ਦੋਨੇ ਚਲਾਉਂਦੇ ਆ ਨਾ ਤੁਸੀਂ ਉਸਤਾਦ ਜ਼ੋਰ ਲਾਉਂਦੇ ਹੋ ਤੇ ਇਹ ਚੰਗਾ ਟਰੈਕਟਰ ਆ ਯਾਨੀ ਕਿ ਜਲਦੀ ਇਹ ਵੀ ਭਰ ਜਾਂਦਾ ਯਾਨੀ ਜਲਦੀ ਇਹ ਵੀ ਭਰ ਜਾਂਦਾ ਇਹ ਸਿਰ ਕਮਿਟੀ ਦਾ ਫਰਕ ਹੁੰਦਾ ਥੋੜਾ ਜਿਹਾ ਤੁਸੀਂ ਵੈਸੇ ਹੁਣ ਅਗਰ ਇੱਕ ਨੂੰ ਚੰਗਾ ਕਹੋ ਵੀ ਕਿਹੜਾ ਚੰਗਾ ਕੰਮ ਕਰਦਾ ਉਹ ਦੱਸੋ ਕਿਹੜਾ ਵਾ ਕੰਮ ਚੰਗਾ ਦੋਵੇਂ ਹੀ ਕਰਦੇ ਆ ਇਹ ਤਾਂ ਥੋੜੀ ਐਵਰੇਜ ਜ਼ਿਆਦਾ ਜਿਹਦਾ ਵੀ ਦਿੰਦਾ ਵਾ ਇਹ ਥੋੜਾ ਜ਼ਿਆਦਾ ਲਾਉਂਦਾ ਵਾ ਅੱਛਾ ਬਸ ਕੰਮ ਦੋਵੇਂ ਚੰਗੇ ਕਰਦੇ ਆ ਭਾਈ ਅਸ਼ਰਫ ਇੱਕ ਹੋਰ ਗੱਲ ਦੱਸੋ ਵੀ ਇਹ ਟਰੈਕਟਰ ਨੂੰ ਅੱਗੇ ਹਿੱਸਾ ਲੱਗਾ ਹੋਇਆ ਇਹ ਯਾਨੀ ਟਾਇਰ ਲੱਗੇ ਹੋਏ ਆ ਇਹ ਆਮ ਜਿਹੜੇ ਟਰਾਲੀਆਂ 'ਚ ਹੁੰਦੇ ਉਸ ਤਰ੍ਹਾਂ ਦੇ ਤੇ ਬਾਕੀ ਉਹਨੂੰ ਲੱਗੇ ਆ ਜਿਵੇਂ 4x4 ਦੇ ਹੁੰਦੇ ਇਹ ਦੇਖੋ ਇਹ ਟਾਇਰਾਂ ਦਾ ਕੀ ਕੋ ਫਰਕ ਤੁਹਾਨੂੰ ਮਹਿਸੂਸ ਹੁੰਦਾ ਇਹ ਦੱਸੋ ਫਰਕ ਇਹ ਹੈ ਕਿ ਜੇ ਉਹ 4x4 ਹੋਵੇ ਫਿਰ ਤਾਂ ਠੀਕ ਆ ਉਹ ਗੁੱਡੀ ਵਾਲਾ ਹਾਂਜੀ ਅੱਛਾ ਨਾਲੇ ਉਹ ਟਾਇਰ ਵੀ ਮਹਿੰਗੇ ਆ ਥੋੜੇ ਜਿਹੇ ਅੱਛਾ ਆਮ ਰੂਟੀਨ ਨਾਲ ਇਹ ਟਾਇਰ ਠੀਕ ਆ ਅੱਛਾ ਤੇ ਆਮ ਵੀ ਮਿਲ ਜਾਂਦੇ ਯਾਨੀ ਕਿ ਅੱਛਾ ਤੇ ਜੇ 4x4 ਹੋਵੇ ਤਾਂ ਉਹ ਠੀਕ ਆ ਜੇ ਨਹੀਂ ਤਾਂ ਫਿਰ ਇਹ ਠੀਕ ਆ ਇਹ 2-wheel ਡਰਾਈਵ ਹੀ ਆ ਤੁਹਾਡੇ ਹਿਸਾਬ ਨਾਲ ਇਹੀ ਸਹੀ ਆ ਹਾਂਜੀ ਇਹ ਠੀਕ ਆ ਇਹ ਟਾਇਰ ਦਾ ਰੇਟ ਵੀ ਯਾਨੀ ਕਿ ਕਮ ਉਹਦੇ ਨਾਲੋਂ ਤੇ ਇਹ ਅੱਛਾ ਵਾ ਹਾਂ ਇਹ ਠੀਕ ਆ ਟਾਇਰ ਯਾਨੀ ਕਿ ਟਾਇਰ ਮਹਿੰਗੇ ਥੋੜੇ ਜਿਹੇ ਨਾਲ ਮਿਲਦੇ ਔਖੇ ਇਥੋਂ ਅੱਛਾ ਤੇ ਯਾਨੀ ਕਿ ਉਹ 4x4 ਹੋਵੇ ਫਿਰ ਤਾਂ ਠੀਕ ਹੈ ਨਹੀਂ ਤਾਂ 7x7 ਹੋਵੇ ਤਾਂ ਫਿਰ ਇਹੀ ਠੀਕ ਹੈ ਠੀਕ ਹੋ ਗਿਆ ਜੀ ਬੜੀ ਮਿਹਰਬਾਨੀ ਸ਼ੁਕਰੀਆ।